ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅਤੇ ਆਹ ਦੇਖੋ, ਆ ਤੁਹਾਨੂੰ ਨਾ ਵੀਡੀਓ ਪਾ ਰਹੇ ਹਾਂ। ਆਹ ਸਾਰਾ ਤਾਂ ਮਹਿੰਗਾ ਫਿਲਟਰ ਹੁੰਦਾ ਵਾ, ਮੈਂ ਇਹਦੇ ਵਿੱਚ ਬਾਇਓ ਲੱਗੀ ਹੁੰਦੀ ਆ, ਠੀਕ ਹੈ, ਆਪਣਾ ਕੋਪਰ ਵੀ ਲੱਗਿਆ ਹੁੰਦਾ ਵਾ ਅਤੇ ਫਿਲਟਰ ਅਤੇ UV ਵੀ ਲੱਗਿਆ ਹੁੰਦਾ। 2500 ਰੁਪਏ ਵਾਲਾ ਪੰਪ ਲੱਗਿਆ ਹੁੰਦਾ ਵਾ ਇਹਦੇ ਵਿੱਚ, ਇਹਦੀ ਖਾਸੀਅਤ ਇਹ ਹੁੰਦੀ ਆ। ਅਤੇ ਇੱਕ ਟਰਾਂਸਪੇਰੈਂਟ ਹੁੰਦਾ ਵਾ, ਇਹ ਤੁਹਾਨੂੰ ਪੈਣਾ ਵਾ ਮਾਤਰ 7500 ਰੁਪਏ ਦਾ। ਜੇ ਤੁਸੀਂ ਸਸਤਾ ਲੈਣਾ ਚਾਹੁੰਦੇ ਹੋ, 10 ਕੁ ਲੀਟਰ ਵਾਲਾ RO ਆ ਜਾਂਦਾ, RO ਪਲੱਸ ਕੋਪਰ, ਇਹ ਤੁਹਾਨੂੰ ਪੈਣਾ 3500 ਰੁਪਏ ਦਾ। ਆਹ ਫਿਰ ਰੋ ਯੂ ਮਿਲਰ ਕੋਪਰ ਵਾਲਾ ਆ ਜਾਂਦਾ ਵਾ, ਇਹ ਤੁਹਾਨੂੰ ਪੈ ਜਾਣਾ 5500 ਦਾ, ਲਾਈਟ ਵਾਲਾ ਮਾਡਲ ਹੁੰਦਾ ਵਾ। ਆਹ ਫਿਰ ਫੁੱਲ ਟਰਾਂਸਪੇਰੈਂਟ ਆ ਜਾਂਦਾ ਵਾ, ਐਕੁਆ ਰੋਇਲ RO ਮਿਲਰ ਲਈ ਵੀ ਤੁਹਾਨੂੰ 5500 ਦਾ ਪੈ ਜਾਏਗਾ। ਆਹ ਲਾਈਟ ਵਾਲਾ ਮਾਡਲ ਆ ਗਿਆ, RO ਪਲੱਸ ਹਲਕਾ ਲਾਈਨ, ਠੀਕ ਹੈ ਜੀ, ਇਹ ਵੀ ਬਹੁਤ ਵਧੀਆ ਮਾਡਲ ਆ, ਇਹ 6000 ਰੁਪਏ ਦਾ ਵਾ। ਉਸ ਤੋਂ ਬਾਅਦ ਜਿਹੜਾ ਡਾਇਮੰਡ ਵਾਲਾ ਆ ਗਿਆ ਫਿਲਟਰ, ਇਹ ਵੀ 5500 ਰੁਪਏ ਦਾ। ਆਹ RO ਮਿਨਰਲ ਕੋਪਰ ਵਾਲਾ ਆ ਗਿਆ, ਇਹ ਹੈਗਾ 12 ਲੀਟਰ ਦੀ ਸਟੋਰੇਜ ਵਾਲਾ, ਇਹ ਤੁਹਾਨੂੰ ਪੈਣਾ 5000 ਰੁਪਏ ਦਾ। ਆਹ RO ਮਿਨਰਲ ਕੋਪਰ ਆ ਗਿਆ, ਠੀਕ ਹੈ ਜੀ, ਓਮੇਗਾ ਦਾ ਹੈਗਾ ਵਾ ਫਿਲਟਰ, ਇਹ ਐਕੁਆ ਕ੍ਰੈਕਸ ਕਹਿੰਦੇ ਨੇ, ਇਹ ਤੁਹਾਨੂੰ ਪੈਣਾ 5500 ਰੁਪਏ ਦਾ, ਠੀਕ ਹੈ ਜੀ। ਉਸ ਤੋਂ ਬਾਅਦ ਇਹ ਵੀ ਲਾਈਟ ਵਾਲਾ ਮਾਡਲ ਆ ਗਿਆ, ਇਹ 7000 ਰੁਪਏ ਦੀ ਰੇਂਜ ਵਾਲਾ ਹੁੰਦਾ ਵਾ। ਆਹ ਐਕੁਆ ਨੈਕਸੋ ਆ ਗਿਆ, RO ਮਿਨਰਲ ਕੋਪਰ, ਇਹ ਤੁਹਾਨੂੰ ਪੈਣਾ ਆਪਣਾ ਹੀ 5500 ਰੁਪਏ ਦਾ। ਉਸ ਤੋਂ ਬਾਅਦ ਆ ਦੇਖੋ ਜੀ, ਐਕੁਆ ਲੂਸੀ ਦਾ ਮਾਡਲ ਆ ਜਾਂਦਾ ਵਾ, ਇਹਦੀ ਥੋੜ੍ਹੀ ਕਪੈਸਿਟੀ ਵੱਧ ਹੁੰਦੀ ਆ, 12 ਲੀਟਰ ਦੀ ਹੁੰਦੀ ਆ, ਇਹ ਸਿੰਪਲ RO ਰਹੇਗਾ, ਇਹ ਤੁਹਾਨੂੰ ਰਹੇਗਾ 4000 ਰੁਪਏ ਦਾ, ਕੋਪਰ ਨਹੀਂ ਲੱਗਾ ਹੋਇਆ ਇਹਦੇ ਵਿੱਚ। ਆਹ ਕੋਪਰ ਵਾਲਾ ਫੇਰ ਆ ਗਿਆ ਫਿਲਟਰ, RO ਮਿਨਰਲ ਕੋਪਰ ਵਾਲਾ ਵਾ, ਠੀਕ ਹੈ ਜੀ, 5500 ਰੁਪਏ ਦਾ ਪਏਗਾ ਇਹ। ਆਹ ਉਸ ਤੋਂ ਬਾਅਦ RO+ ਅਲਕਾਲਾਈਨ ਵਾਲਾ ਆ ਗਿਆ, 7500 ਰੁਪਏ ਦਾ ਇਹ ਮਾਡਲ ਹੈਗਾ, ਠੀਕ ਹੈ ਜੀ। RO ਮਿਨਰਲ ਅਲਕਾਲਾਈਨ ਕੋਪਰ ਵਾਲੀ ਕਾਟਰੇਜ ਅਲੱਗ ਤੋਂ ਲੱਗੀ ਆ। ਆਹ RO+ ਅਲਕਾਲਾਈਨ ਆ ਗਿਆ, ਇਹ 4500 ਰੁਪਏ ਵਾਲਾ, 15 ਲੀਟਰ ਦੀ ਸਟੋਰੇਜ ਆ, ਠੀਕ ਹੈ ਵੀਰੇ, ਦੇਖ ਲਓ ਕਿਹੜਾ ਪਸੰਦ ਆ ਤੁਹਾਨੂੰ।